ਕਰਨਾ ਵੀ ਆ ਉੱਤੇ ਨਾਲ ਤਾਂ ਸਾਰਾ ਤੁਹਾਡੀ ਕੁੜੀ ਦਾ ਸਮਾਨ ਨਾਲੇ ਤੁਹਾਡੀ ਕੁੜੀ ਇੱਥੇ ਖੜਾ ਕੇ ਜਾਊਂ ਖੇਤੀ ਚੱਲ ਰਹਾ ਮੈਂ ਖੜਾ ਜੀਵਾਂ ਭੈਣ ਮਰਾਵੇ ਬੰਦਾ ਗਿਆ ਤਾਂ ਗਿਆ ਕਿੱਥੇ ਹੈ ਬਲ ਖਰਾਬ ਨੇ ਮੈਨੂੰ ਬਾਅਦ ਚ ਲੈਣ ਵੀ ਨੀ ਆਏ ਉੱਥੇ ਲਾਰਾ ਲਾ ਕੇ ਆ ਗਏ ਵੀ ਹਾਂ ਤੈਨੂੰ ਛੁੱਟੀਆਂ ਚ ਲੈਣ ਆਵਾਂਗੇ ਛੁੱਟੀਆਂ ਵੀ ਖਤਮ ਹੋ ਗਈਆਂ ਹੁਣ ਸਾਰੀਆਂ ਇੱਕ ਟੁੱਟੀ ਜੀ ਬੱਸ ਸੀ ਐ ਨੀ ਹੈਗਾ ਵੀ ਝੂਟੇ ਦਬਾ ਦੇ ਉੱਥੇ ਤਾਰ ਗਿਆ ਨਾ ਮਾਸੀ ਜੀ ਮੈਨੂੰ ਅੱਡੇ ਤੇ ਲੈਣ ਆਈ ਹੈਗੀ ਕੋਈ ਨਾ ਦੱਸੂ ਮੈਂ ਸਾਰੀਆਂ ਗੱਲਾਂ ਏ ਮਾਸੀ ਜੀ ਕਿ ਬੋਲਦੀ ਵੀ ਨੀ ਸਾਹਮਣੇ ਬੈਠੀ ਆ ਬੂ ਮੈਂ ਮਰ ਜਾ ਪਾਲੋ ਤਾਂ ਆ ਵੀ ਗਈ ਨੀ ਖੜ ਜਾ ਐ ਕਾ ਧਰੀ ਹੁੰਦੀਆਂ ਕਿਵੇਂ ਪਾਇਆ ਰਾਲਾ ਮਾਸੀ ਜੀ ਤੂੰ ਤਾਂ ਮੈਨੂੰ ਅੱਡੇ ਤੇ ਲੈਣ ਵੀ ਨੀ ਆਈ ਲਾਰਾ ਲਾ ਕੇ ਨੀ ਲਾਰਾ ਕਾਹਨੂੰ ਲਾਇਆ ਮੈਂ ਤਾਂ ਹਲੇ ਆਉਂਦੀ ਤੇ ਤੂੰ ਆ ਵੀ ਗਈ ਨਾ ਤੂੰ ਕਾਹਤੇ ਆਈ ਐ ਮੈਂ ਬੱਸ ਤੇ ਚੜੇ ਮੇਰੀ ਮੰਮੀ ਕਹਿੰਦੀ ਬੱਸ ਚੜ ਜਾ ਹੈ ਜੋ ਕਿ ਰਾਤ ਉੱਥੇ ਨਾ ਚਾਹ ਨਾਲ ਬ੍ਰੈਡ ਖਵਾਉਂਦੇ ਸੀ ਉਹ ਭਾਈ ਜੀ ਨੂੰ ਮੈਂ ਕਿਹਾ ਬੱਸ ਰੋਕ ਲੈ ਨਾਲੇ ਮੈਥੋਂ ਪੈਸੇ ਲੈ ਲੈ ਨਾਲੇ ਬੱਸ ਨਹੀਂ ਰੋਕੀ ਉਹਨੇ ਨਾ ਬੱਸ ਰੋਕਣ ਦੇ ਪੈਸੇ ਲਏ ਤੇ ਉਹਨੇ ਨਾ ਚੜਾਇਆ ਸੀ ਜਦੋਂ ਮੈਨੂੰ ਤੂੰ ਟਿਕ ਜਿਆ ਕਰ ਕਿਸੇ ਵੇਲੇ ਕਾ ਜੀਵ ਨੂੰ ਮਾੜਾ ਮੋਟਾ ਬੱਸ ਚ ਰੱਖ ਲਿਆ ਕਰ ਸਾਰਾ ਦਿਨ ਨੀਰਜ ਦੀ ਹੈਗੀ ਤੇ ਫਿਰ ਤੂੰ ਨਹੀਂ ਆਈ ਮਾਸੜ ਨੂੰ ਭੇਜ ਦਿੰਦੇ ਹੋ ਥੱਡੇ ਤੇ ਨੀ ਮਾਸੜ ਕਿੱਥੇ ਆ ਮਾਸੜ ਆਪ ਤਾਂ ਉਰੇ ਹੈ ਨਹੀਂ ਮੈਨੂੰ ਬੰਨ ਕੇ ਰਿਹਾ ਮਿਰਚਾਂ ਨੂੰ ਕਦੇ ਮੰਦਰ ਲੈ ਜਾਂਦੀ ਆ ਕਦੇ ਲਿਆ ਕੇ ਬਾਹਰੇ ਪਾ ਦਿੰਨੀ ਆ ਮਾਸੜ ਕਿੱਥੇ ਵਗ ਗਿਆ ਮਾਸੜ ਦਿੱਲੀ ਗਿਆ ਹੋਇਆ ਹਾਏ ਏਡੀ ਦੂਰ ਉੱਥੇ ਕੋਈ ਮੀਟਿੰਗ ਆ ਉਹਨਾਂ ਦੀ ਆਹ ਨਹੀਂ ਬੈਲ ਪੂਣੇ ਕੇ ਬੈਲੀ ਬੁੱਲੀ ਜੀ ਜਿਹੜੇ ਇਹਨਾਂ ਦਾ ਪ੍ਰਧਾਨ ਬਣਾਉਣ ਨੂੰ ਕਹਿੰਦੇ ਨੇ ਉਹਨੂੰ ਫਿਰ ਮਾਸੜ ਕੀ ਕਰਿਆ ਕਰੂਗਾ ਮਾਸੜ ਗਿੱਟੇ ਤੋੜਿਆ ਕਰੂਗਾ ਨਹੀਂ ਤੋੜਿਆ ਕਰੂ ਆਪਦੇ ਤੋਂ ਡਾਕੇ ਆ ਜਾ ਕਰੂ ਕਿਹਦੇ ਤੋੜਿਆ ਕਰੂ ਨੀ ਬੈਲੀ ਬਣਿਆ ਹੁਣ ਨਵਾਂ ਨਵਾਂ ਬੈਲੀ ਹੁਣ ਹੈ ਹਾਂ ਫਿਰ ਤੈਨੂੰ ਇੰਨਾ ਨਹੀਂ ਪਤਾ ਵੀ ਬੈਲੀ ਕੌਣ ਹੁੰਦਾ ਨਾ ਜਿਹੜੀ ਲੋਕਾਂ ਦੀ ਸਰਵਿਸ ਕਰਦੇ ਹੁੰਦੇ ਨੇ ਕੁੱਟ ਕਟਾਪੇ ਹਾਏ ਮਾਸੀ ਫਿਰ ਤਾਂ ਤੈਨੂੰ ਵੀ ਕੁੱਟਿਆ ਕਰੂ ਆਹੋ ਮੈਨੂੰ ਕੁੱਟਿਆ ਕਰੂ ਗੋਡਿਆਂ ਥੱਲੇ ਨਹੀਂ ਲੈ ਲੂੰਗੀ ਮੈਨੂੰ ਕੁੱਟਿਆ ਕਰੂ ਮੈਨੂੰ ਤਾਂ ਹੀ ਡਰ ਹੈ ਕਿਹੜਾ ਬੈਲ ਪੂਣੇ 'ਚ ਪੈਰ ਧਰਿਆ ਕੋਈ ਊਈ ਨਾ ਉਹਦੀ ਇੱਕ ਲੱਤ ਜੀ ਜਿਹੜੀ ਚੱਲਦੀ ਉਹ ਵੀ ਤੋੜ ਦੇ ਇੱਕ ਆਹ ਰੁੜ ਜਾਣਾ ਮਿਚਕ ਮੂਣਾ ਜਾ ਮੀਣਾ ਜਾ ਕਾਕਾ ਰਲ ਰਿਹਾ ਉਹਦੇ ਨਾਲ ਸਾਰੀ ਉਂਗਲ ਤਾਂ ਕਾਕੇ ਦੀ ਹੈ ਇਹ ਹੈ ਹਾਂ ਉਸ ਦੀ ਸਹਿ ਚਾਕੇ ਕੁਛ ਕਰ ਰਿਹਾ ਚੱਲ ਮੇਰੀ ਗੱਲ ਸੁਣ ਚਲਾ ਜਾ ਅੰਦਰ ਚਾਹ ਪਾਣੀ ਪੀ ਲੈ ਭੁੱਖੀ ਤੁਰੀ ਹੋਈ ਤੂੰ ਤਾਂ ਫੇ ਮੈਨੂੰ ਚਾਹ ਤਾਂ ਬਿਸਕੁਟ ਦਾ ਲੈ ਦੁਕਾਨ ਤੋਂ ਤੂੰ ਨਹੀਂ ਲਿਆ ਦਾਂਗੇ ਅੰਦਰ ਤਾਂ ਚੱਲ ਚੱਲ ਕਾਕੇ ਆਇਆ ਤੁਰਿਆ ਤਾਂ ਵਧੀਆ ਟਾਈਮ ਨਾਲ ਆ ਗਏ ਹੈ ਤਾਂ ਮੇਰੀ ਗੱਲ ਸੁਣ ਹੂੰ ਬਾਲਟੀ ਜੀ ਦਾ ਤਾਂ ਬਹੁਤ ਪੈ ਹਾਏ ਦੇਖ ਡੰਗਰ ਦਾ ਡੰਗਰ ਹੀ ਆ ਕਾਕਿਆ ਕਿਉਂ ਹੋਰ ਬਾਇਰ ਬਰੂਦ ਦਾ ਕੰਮ ਹੈ ਕੀ ਪਤਾ ਕਿਧਰੋਂ ਡਾਂਗ ਆ ਜੇ ਡਾਂਗ ਨਹੀਂ ਉਹ ਗੋਲੀ ਵੱਜੂ ਇਹ ਸੇਫਟੀ ਲਈ ਹੈ ਠੀਕ ਆ ਤਾਂ ਹੋਰ ਉਹ ਮਰੀ ਜਾਂਦਾ ਹੁੰਦਾ ਨਾਲੇ ਮੇਰੀ ਗੱਲ ਇੱਕ ਸੁਣ ਲੈ ਹਾਂ ਤਾਂ ਘਰੇ ਪ੍ਰੀਤੋਂ ਨੂੰ ਨਾ ਪੂਰਾ ਪਤਾ ਲੱਗ ਜੇ ਜ਼ਿਆਦਾ ਕੁਛ ਹਾਂ ਵੀ ਆਪਣੇ ਕੁੱਟ ਪਈ ਹੈ ਨਾ ਨਾ ਮੈਂ ਨਹੀਂ ਜ਼ਿਆਦਾ ਕੁਛ ਦਬਕਾ ਨਹੀਂ ਰਹਿਣਾ ਆਪਣਾ ਸਿਰਾ ਉੱਥੇ ਹਾਂ ਕਿਤੇ ਉੱਥੇ ਮਾਰਦੇ ਪਕਾਈ ਤੇਰਾ ਪਤਾ ਨਹੀਂ ਨਾ ਨਾ ਮੈਂ ਨਹੀਂ ਮਾਰਦਾ ਹਾਂ ਮੈਂ ਤੈਨੂੰ ਦੱਸਤੀ ਗੱਲ ਮੈਂ ਜਮੀ ਨਹੀਂ ਮਾਰਦਾ ਸੁਣ ਥੋੜਾ ਟਾਈਮ ਹੈ ਕਾਕੇ ਹਾਂ ਤਾਂ ਥੋੜੀ ਬਹੁਤੀ ਕੁੱਟ ਆਪਣੇ ਹੋਰ ਪਊ ਹਾਂ ਜੇ ਆਪਾਂ ਕਾਲੀ ਦੁਨੀਆ ਦਾ ਮੈਂ ਪ੍ਰਧਾਨ ਬਣ ਗਿਆ ਹਾਂ ਹਾਂ ਬਸ ਤੈਨੂੰ ਦੱਸਤੀ ਗੱਲ ਫਿਰ ਕਰਨੈਲ ਦੀਆਂ ਅਰਥੀਆਂ ਨਹੀਂ ਪਹੁੰਚ ਦਿੰਦਾ ਮੈਂ ਠੀਕ ਆ ਤਾਂ ਹਾਂ ਇਹ ਭੁਲੇਖੇ 'ਚ ਨਾ ਰਹੇ ਜੇ ਕਿਤੇ ਠੀਕ ਆ ਤਾਂ ਹਾਂ ਨਾਲੇ ਮੇਰੀ ਗੱਲ ਸੁਣੀ ਇੱਕ ਹਾਂ ਤਾਂ ਜੇ ਕੋਈ ਤੈਨੂੰ ਐਂ ਪੁੱਛੇ ਹਾਂ ਹੈ ਵੀ ਕਿੱਥੇ ਗਿਆ ਜੇ ਤੂੰ ਸੁਨਾਮ ਗਿਆ ਤਾਂ ਪਾਤੜਾਂ ਦੱਸਣਾ ਠੀਕ ਆ ਤਾਂ ਜੇ ਸੰਗਰੂਰ ਗਿਆ ਤਾਂ ਸਮਾਣਾ ਦੱਸਣਾ ਠੀਕ ਆ ਤਾਂ ਐਂ ਨਾ ਕਹਿ ਦਿਓ ਵੀ ਸੰਗਰੂਰ ਆ ਠੀਕ ਆ ਤਾਂ ਉੱਥੇ ਮਾਰ ਦੇਣਗੇ ਆ ਕੇ ਠੀਕ ਆ ਤਾਂ ਹਾਂ ਕਰਨੈਲ ਦੇ ਬੰਦੇ ਪੂਰੇ ਚੁਸਤ ਨੇ ਹੁਣੇ ਆਪਣੇ ਦੇ ਪਿੱਛੇ ਪਏ ਨੇ ਹਜੇ ਘੱਟ ਹੈ ਕੋਈ ਹੋਰ ਧੌੜੀ ਤਾਂ ਲਾ ਗਏ ਖੇਤ ਪਿੱਛੀ ਨੇ ਹੋਰ ਕੀ ਹੈ ਹੋਰ ਜਿਹੜੇ ਬੰਦਾ ਖੇਤ ਆ ਸਕਦਾ ਸੰਗਰੂਰ ਕਿੱਥੇ ਛੱਡੂ ਆਪਾਂ ਨੂੰ ਸੰਗਰੂਰ ਨਹੀਂ ਛੱਡਦਾ ਹਾਂ ਆ ਜਾ ਤੈਨੂੰ ਦੱਸਤੀ ਗੱਲ ਮੈਂ ਆਪਦਾ ਚਕੰਨਾ ਰਿਹਾ ਕਰ ਆ ਜਾ ਕਾਕੇ ਆ ਜਾ ਮੁੜੇ ਇੱਧਰ ਨੂੰ ਆ ਗਿਆ ਘਰ ਆ ਗਿਆ ਇੱਥੇ ਤਾਂ ਬਾਲਟੀ ਲਾ ਦੇ ਆਪਣੇ ਪਿੰਡ ਚ ਕਿੱਡਾ ਰਹੋ ਰਹੀ ਮਰਬਾਤਾ ਡੰਗਰ ਜਿਹਨੇ ਕਿਤੇ
ਮੈਂ ਕਹਿੰਦਾ ਕੱਕ ਜਾ ਤੇਰਾ ਵੀ ਦਿਮਾਗ ਜਾ ਡੈਲੀ ਹੈ ਬਾਤ ਹੱਥ ਹੁੰਦਾ ਤੈਨੂੰ ਕੀ ਪਤਾ ਬਾਲਟੀ ਚ ਕੀ ਰਾਜ ਆ ਜਾ ਤੇ ਲੈ ਲੈ ਕਾਕੇ ਬਾਲਟੀ ਹਾਂ ਆ ਜਾ ਕੇ ਤੋ ਮੈਂ ਮਰ ਜਾ ਕੰਮ ਤੇ ਜੇ ਕੌਣ ਆ ਗਏ ਤੇ ਤੇਰਾ ਭਾਈ ਦਿੱਤੀ ਲੈ ਸਵੇਰੇ ਤਾਂ ਗਿਆ ਉਰੋਂ ਹੁਣ ਕੌਣ ਹੋ ਗਿਆ ਮੈਂ ਤੈਨੂੰ ਤਾਂ ਗੈਰ ਚੰਗੇ ਲੱਗਦੇ ਨੇ ਬੂ ਨਾ ਹਾ ਕੀ ਕਰ ਰੱਖਿਆ ਤੁਸੀਂ ਨੇ ਬਾਲਟੀਆਂ ਕਾ ਤੋਂ ਸਿਰ ਤੇ ਟੰਗ ਰੱਖੀਆਂ ਨੇ ਇਹ ਤਾਂ ਆਮਲੇਟ ਹੈ ਕਹਿੰਦਾ ਆਮਲੇਟ ਆਮਲੇਟ ਨਹੀਂ ਹੁੰਦਾ ਉਹ ਜਿਹੜਾ ਸਿਰ ਤੇ ਲਿਆ ਕਰਦੇ ਨੇ ਉਹ ਕਹਿੰਦਾ ਹੋਣਾ ਵੀ ਹੈਮਲੇਟ ਹੁੰਦਾ ਉਹ ਲੈ ਬਣੇ ਆਮਲੇਟ ਦਾ ਵੱਡੀ ਅੰਗਰੇਜ਼ਣ ਨਾ ਤੁਸੀਂ ਤਾਂ ਕਹਿੰਦੇ ਦਿੱਲੀ ਜਾਂਦੇ ਆ ਕਿ ਮੀਟਿੰਗ ਹੈ ਦਿੱਲੀ ਮੀਂਹ ਪੈਣ ਲੱਗ ਗਿਆ ਮੀਟਿੰਗ ਤਿਲਸ ਗਈ ਅੱਛਾ ਪਰਸੋਂ ਨੂੰ ਰੱਖੀ ਆ ਕਾਨਪੁਰ ਉੱਥੇ ਜਾਣਾ ਮੀਟਿੰਗ ਤਾਂ ਕਾਹਨੂੰ ਦਿਲਸੀ ਆ ਮਤਲਬ ਲੈ ਤੁਸੀਂ ਦਿਲਸ ਕੇ ਆਏ ਹੋ ਜਿਹੋ ਜਿਹੇ ਚੱਜ ਨੇ ਛੋਡੇ ਹੋਰ ਹੀ ਨਾ ਮਰੀ ਜਾਇਆ ਕਰ ਕਹਿੰਦਾ ਹੋਰ ਹੀ ਨਾ ਮਾਰੇ ਜਾਇਆ ਕਰੋ ਆਹ ਕਾ ਤੋਂ ਲਈਆਂ ਨੇ ਭਣਵਾ ਸਿਰ ਤੇ ਤੈਨੂੰ ਕੀ ਪਤਾ ਸੌ ਥਾਵੇਂ ਬੈਂਸ ਹੈ ਸਾਡੀ ਕਾਲੀ ਦੁਨੀਆ 'ਚ ਪੈਰ ਰੱਖਿਆ ਹੋਇਆ ਮੈਂ ਹੈ ਕੀ ਪਤਾ ਕਿੱਧਰੋਂ ਗੋਲੀ ਆ ਜੇ ਮਰੀ ਜਾਨੀ ਆ ਹੋਰੀ ਤੇਰੇ ਗੋਲੀ ਹੁੰਦਾ ਤੇ ਗੋਲੀ ਨੂੰ ਵੀ ਬਸ਼ਰਮੀ ਆਊਗੀ ਜੇ ਤੇਰੇ ਬੱਜੂਗੀ ਆ ਕੇ ਆਹੋ ਵੀ ਮੈਂ ਕਿਹਦੇ ਬੱਜੀ ਆ ਕੇ ਮੇਰੇ ਨਾਂ ਤੇ ਤਾਂ ਰੌਂਦ ਵਿਕਦੇ ਨੇ ਤੈਨੂੰ ਮੈਂ ਦੱਸਾਂ ਹਾਂ ਦੇ ਬਸ ਉਹੀਆਂ ਦੂਜਾ ਦੇ ਫੜਾ ਮਾਰਿਆ ਕਰ ਤੇ ਰੌਂਦ ਵਿਕਦੇ ਨੇ ਤੇਰੇ ਨਾਂ ਤੇ ਹਾਂ ਤਾਇਆ ਤਾਂ ਹੁਣ ਉਹ ਬਣਜੂ ਪ੍ਰਧਾਨ ਲੈ ਬਸ ਅੱਛਾ ਹਾਂ ਤਾਇਆ ਤਾਂ ਬਣਜੂਗਾ ਪ੍ਰਧਾਨ ਚੱਲ ਚੰਗੀ ਗੱਲ ਹੈ ਮੈਨੂੰ ਲੱਗਦਾ ਤੇਰਾ ਕੁਛ ਵੀ ਨਹੀਂ ਬਣਨਾ ਤੂੰ ਘਰੋਂ ਬਾਹਰੋਂ ਵੀ ਜਾਵੇਂਗਾ ਬਣੂਗਾ ਜਾਂ ਮੇਰਾ ਤਾਇਆ ਬਣ ਗਿਆ ਆਹੋ ਜਾਣਦੀ ਆ ਮੈਂ ਨਾਲ ਰੱਖੂ ਇਹਨੂੰ ਇਹੋ ਜੀ ਗੱਲ ਨਹੀਂ ਜਵਾਨਾ ਨੇ ਇਹ ਨਾ ਫਿਰ ਮੈਂ ਕਿੱਧਰ ਜਾਊਂਗੀ ਜੇ ਇਹਨੂੰ ਨਾਲ ਰੱਖੇਗਾ ਤੇ ਇੱਥੋਂ ਕੀ ਕਰਾਉਣਾ ਉਰੇ ਅੱਛਾ ਬਈਆਂ ਦਾ ਮੈਂ ਜਾਣਾ ਰਹਿ ਕਰੂ ਰੇ ਫਿਰ ਉਰੇ ਕੀ ਅੰਬ ਲੈਣ ਆਇਆ ਉੱਥੇ ਰਹਿ ਜਾਂਦਾ ਲੈ 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 ਤੂੰ ਚੱਕ ਲੈ ਚੰਡ ਫੌੜੀ ਜੀ ਤੁਰਦੀ ਲੱਗੇ ਅੱਛਾ ਕੱਲ ਨੂੰ ਤੂੰ ਕੁਝ ਹੋਰ ਕਹੇਗਾ ਹਾਲ ਤਾਂ ਅੱਧ ਨਾ ਤੇ ਕੁਝ ਬਣਿਆ ਵੀ ਨਹੀਂ ਲੈ ਲੈ ਹੁਣ ਤਾਂ ਬਣ ਗਏ ਪ੍ਰੀਤੋ ਤੂੰ ਬੱਚਨ ਅੰਨਾ ਨਾ ਮਾਰਿਆ ਕਰ ਤੂੰ ਮੇਰਾ ਕੋਈ ਕੰਮ ਬੰਨ ਦੇ ਦੇ ਹੈ ਸਾਰੀ ਉਮਰ ਹੀ ਆਹੀ ਦੋਚਕ ਕਰਦੇ ਦੀ ਨੰਗੀ ਮੇਰੀ ਬੇ ਸਵਾਤ ਤਾਂ ਤੂੰ ਆਪ ਤੋਂ ਨਹੀਂ ਉੱਠਦੀ ਫੜ ਲੈ ਨਾ ਕੇ ਮੈਨੂੰ ਅੱਗੇ ਤੂੰ ਨਹੀਂ ਕੁਝ ਕਰਨਾ ਦਿੰਦੀ ਹੋਰ ਕੀ ਹੈ ਹੋਰ ਘੱਟ ਹੈ ਕੋਈ ਤੂੰ ਜਾ ਕੇ ਅੰਦਰ ਬਹਿ ਜਾ ਆਰਾਮ ਕਰ ਲੈ ਬਿੰਦ ਝੱਟ ਇਹਨੇ ਤਾਂ ਮਾਰਦੇ ਹੱਥ ਅੰਦਰ ਪਈਆਂ ਤੜਕੇ ਦੀ ਤੇਰੀਆਂ ਮਾਮਾ ਚ ਹੁਣ ਹੱਥ ਮਾਰ ਕੀ ਗਈ ਸੀ ਮੈਨੂੰ ਹੋਰ ਕੰਮ ਲਾ ਰੱਖਿਆ ਕਦੇ ਮੈਂ ਇਹਨਾਂ ਨੂੰ ਇੱਧਰ ਲੈ ਜਾਨੀ ਕਦੇ ਉੱਧਰ ਲੈ ਜਾਨੀ ਇਹੀ ਕੰਮ ਜੋਗਾ ਰੱਖ ਰੱਖਿਆ ਮੈਨੂੰ ਤਾਂ ਕਾਕਾ ਓਏ ਆ ਤਾਏ ਤੂੰ ਲਾ ਕੁੜੀ ਨੂੰ ਫੋਨ ਜਿਹੜੀ ਰੁੱਤ ਮਿਲੀ ਸੀ ਆਪਾਂ ਕੋਈ ਨਾ ਤਾਏ ਲਾ ਦੇਣਾ ਫੋਨ ਹਾਂ ਇਹਦੀ ਫੋਟੋ ਭੇਜ ਤੇਰੀ ਤਾਈ ਦੀ ਭੇਜ ਦੇਣਾ ਤਾਏ ਇਹਦੀਆਂ ਲੱਤਾਂ ਤੜਵਾਉਣੀਆਂ ਨੇ ਠੀਕ ਆ ਤਾਏ ਹਾਂ ਬਾਲਾ ਬੋਲਦੀ ਐ ਠੀਕ ਆ ਠੀਕ ਆ ਤਾਏ ਨਾਲੇ ਉਹਨੂੰ ਆ ਕੇ ਜੀ ਕਹੇ ਪੰਤ ਪ੍ਰਧਾਨ ਕੇ ਘਰੋਂ ਬੋਲਦੇ ਆ ਜਿਹੜਾ ਨਵਾਂ ਜਿਹਾ ਮੁੰਡਾ ਬਣਿਆ ਹੁਣ ਆ ਕਰ ਦੇਣਾ ਹਾਂ ਲਾ ਲਾਸੜਾ ਮਰਤਾ ਓਏ ਓਹੋ ਮਜ਼ਾ ਤਾਂ ਰਾਮ ਆਇਆ ਤੀ ਫਿਰ ਹਲਿਆ ਤਾ ਪੈ ਤੇਰਾ ਕਿਨੇ ਖੋਲਤਾ ਰੱਸਾ ਤੇਰਾ ਬਚਤੇ ਆਈਆਂ ਚੱਕ ਲਾ ਤਾ ਉਹ ਕਬੜਲ ਗਿਆ ਫੜਿਆ ਦੇਖੀ ਜਾਂਦਾ ਨਾ ਕੀ ਗੱਲ ਬਣਦਾ ਨੀ ਵੱਡਾ ਬਦਮਾਸ਼ ਹੋਰ ਮਾਰਦੀ ਦੋ ਚਾਰ ਇਹਦੇ ਲੈ ਲੈ ਪਿਆ ਦਿੰਦੀ ਪਾਣੀ ਨਾਲ ਇਹ ਆਇਆ ਨਾ ਮਾਰਦਾ ਤੂੰ ਬਸ 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 ਫੜਕ ਤੂੰ ਬਸ ਕਰ ਬਸ ਬਸ ਨਾ ਨਾ ਫੁੱਟਦਾ ਗਾ ਬਸ ਬਸ ਨਾ ਲੰਡਾ ਨਹੀਂ ਪੰਗੇ ਪੜਾ ਨਾ ਬਸ ਬਸ ਕਰ ਬਸ ਸਾਰਾ ਦਿਨ ਨਹੀਂ ਟਿਕਦਾ ਹੈਗਾ ਕਿਤੇ ਘਰੇ ਲਈ ਮਰ ਲੈ ਤੇ ਕਲੇਸ਼ ਹੋ ਗਿਆ ਵਾ ਕਾਕਾ ਆਹੋ ਹੋ ਗਿਆ ਕਲੇਸ਼ ਚੱਲ ਅੰਦਰ ਚੱਲ ਚੱਲ ਭਾਈ ਕੁਛ ਕਾ ਕੇ ਮਰ ਲੈ ਦੇਖ ਲੈ ਫਿਰ ਕਹਿੰਦੇ ਨੇ ਬੁੜੀਆਂ ਬੋਲਦੀਆਂ ਨੇ ਕੱਟਦੀਆਂ ਨੇ ਨੂਹਾਂ ਨਾਲ ਹੁਣ 12 ਵਜੇ ਦੀ ਪਈ ਹੈ ਹੈਂ ਹਾਲ ਤੱਕ ਉਹਦੀ ਨੀਂਦ ਹੀ ਨਹੀਂ ਲਈ ਹੈਗੀ ਹੁਣ ਤਾਂ ਉੱਠਣ ਦਾ ਹੱਕ ਬਣਦਾ 5 ਵੱਜ ਗਏ ਮੈਂ ਕੀ ਬੋਲੂੰਗੀ ਜੇ ਬੋਲੂੰਗੀ ਤਾਂ ਸਿਆਪਾ ਗੜ ਪਊਗਾ ਉਹ ਮੁੰਡੇ ਨੂੰ ਕਹਿ ਕੇ ਦੇਖਦੀ ਆ ਜਿਹੜੀ ਜਮੀ ਨੇ ਉਹਨੂੰ ਕਹਿੰਦਾ ਇਹਦਾ ਸੰਦੀਪ ਬੇ ਸੰਦੀਪ ਔਰਾ ਅਗਰ ਸੁਣ ਮੇਰੀ ਹਾਂ ਬੀਬੀ ਔਰਾ ਆ ਪੁੱਤ ਮੇਰੇ ਕੋਲ ਕੀ ਹੋ ਗਿਆ ਬੇ ਹੋਣਾ ਤਾਂ ਕੀ ਹੈ ਇਹ ਗੱਲ ਸੁਣ ਲੈ ਮੇਰੀ ਹਾਂ
ਪੁੱਤ ਦੇਖ ਲੈ ਇੱਕ ਵਜੇ ਦੀ ਪਈ ਆ ਉਹ ਹੈ ਉਹ 5 ਵਜਣ ਵਾਲੇ ਹੋ ਰਹੇ ਨੇ ਹੁਣ ਘਰ ਦਾ ਰੋਟੀ ਟੁੱਕ ਵੀ ਕਰਨਾ ਹੈ ਤੇ ਹਲੇ ਜੇ ਮੈਂ ਬੋਲੂੰਗੀ ਤਾਂ ਘਰੇ ਲੜਾਈ ਛਿੜੂਗੀ ਫਿਰ ਕਹਿੰਦੇ ਨੇ ਮੇਰੀ ਮਾਂ ਕੱਟਦੀ ਨਹੀਂ ਹੈਗੀ ਇਹਦੇ ਨਾਲ ਦੁੱਖ ਦਾ ਨਾ ਹੋਵੇ ਕੁਛ ਦੁੱਖ ਦਾ ਕੁਛ ਨਹੀਂ ਹੈਗਾ ਚੰਗੀ ਭਲੀ ਤੀ ਕਰਕੇ ਜੀ ਤਾਂ ਫਿਰ ਮੈਨੂੰ ਦੱਸੇ ਜੇ ਕੁਛ ਦੁੱਖ ਦਾ ਦਵਾਈ ਦਵਾ ਦੂੰਗੀ ਮੈਂ ਹੈ ਠਾ ਉਹਨੂੰ ਮੈਂ ਨਹੀਂ ਠਾਉਂਦਾ ਵੀ ਨਾ ਮੇਰੇ ਕਿਸੇ ਤੋਂ ਉੱਠੇ ਉਹ ਦੇਖ ਲੈ ਹੈ ਜੇ ਮੈਂ ਠਾਉਂਗੀ ਤਾਂ ਮੈਂ ਬੁਰੇ ਪਾਉਂਗੀ ਆਪ ਹੁਣ ਤੂੰ ਬੁਰੇ ਪਾਉਣ ਤੋਂ ਡਰਦਾ ਨਾਲੇ ਮੇਰੇ ਤਾਂ ਜੀ ਨਹੀਂ ਕਰਦਾ ਉਹਨੂੰ ਠਾਉਣ ਨੂੰ ਅੱਛਾ ਹੁਣ ਤੇਰਾ ਜੀ ਨਹੀਂ ਕਰਦਾ ਉਹਨੂੰ ਠਾਉਣ ਨੂੰ ਵੀ ਪਹਿਲਾਂ ਤਾਂ ਸਿਰ ਚੜਾ ਲਈ ਮੈਂ ਤੈਨੂੰ ਬਥੇਰਾ ਕਹਿੰਦੀ ਹੁੰਦੀ ਤੀ ਵੀ ਟੀਵੀ ਦੀ ਲਗਾਮ ਹੱਥ 'ਚ ਬੰਦੇ ਦੇ ਹੁੰਦੀ ਹੈ ਤੂੰ ਜਾਣ ਦੇ ਨਾ ਢਿੱਲੀ ਡੋਰ ਛੱਡ ਉਹ ਤੈਨੂੰ ਕੀ ਪਤਾ ਹੈ ਮੈਂ ਬਾਲਾ ਸ਼ਹਿਰ ਹਾਂ ਪਹਿਲਾਂ ਤਾਂ ਚੱਲ ਉਹਨੂੰ ਲਿਆਉਂਦੇ ਤੀ ਜਦੋਂ ਨਵਾਂ ਨਵਾਂ ਵਿਆਹ ਹੋਇਆ ਤੀ ਵੀ ਉਹਨੂੰ ਐਂ ਨਾ ਲੱਗੇ ਵੀ ਮੈਨੂੰ ਕਿਤੇ ਲਿਜਾਂਦੇ ਨਹੀਂ ਰੱਖਣੀ ਤਾਂ ਆਪਾਂ ਗੋਹੇ 'ਚ ਆ ਹੁਣ ਉਹ 2 ਡੰਗਰ ਹੋਰ ਲੈ ਲਾਂਗੇ ਤੈਨੂੰ ਕੀ ਪਤਾ ਹੈਗਾ ਪਹਿਲਾਂ ਤਾਂ ਚਾਟ ਤੇ ਲਾਉਣੀਆਂ ਪੈਂਦੀਆਂ ਨੇ ਬੇ ਸੰਦੀਪ ਮੈਨੂੰ ਤਾਂ ਕੋਈ ਨਹੀਂ ਲੱਗਦਾ ਵੀ ਹੁਣ ਉਹ ਕੰਮ ਕਰਨ ਲੱਗ ਜੂ ਕੰਮ ਕਿਉਂ ਨਹੀਂ ਕਰਦੀ ਉਹ ਤਾਂ ਹੁਣ ਚੰਬਲ ਗਈ ਮੈਨੂੰ ਤਾਂ ਐਂ ਲੱਗਦਾ 70 ਨਾ ਕਰਾਵਾਂਗੇ ਕੰਮ ਐ ਕਿ ਮੈਂ ਨਹੀਂ ਕੰਮ ਕਰਦੀ ਪਹਿਲਾਂ ਤੂੰ ਨਹੀਂ ਕਰਦੀ ਹੁਣੀ ਨਾਲੇ ਮੇਰੇ ਪਿਓ ਮੂਰੇ ਮੈਂ ਤਾਂ ਫਿਰ ਤੇਰਾ ਪਿਓ ਜਾਨਾ ਤਾਂ ਕੋਈ ਅੜਬ ਨਹੀਂ ਤੇਰਾ ਤਾਂ ਨਰਮ ਸੁਭਾਅ ਹੈ ਤੇਰੇ ਪਿਓ ਨਾਲ ਤਾਂ ਮੈਂ ਹੀ ਕੱਟ ਗਈ ਮੈਨੂੰ ਪਤਾ ਉਹਦੇ ਨਾਲ ਕੱਟਣਾ ਬਹੁਤ ਔਖਾ ਹੈ ਬਾਬਾ ਇਹ ਵੀ ਕਰੂਗੀ ਇਹ ਕਿਉਂ ਨਹੀਂ ਕਰੂਗੀ ਚੱਲ ਕੋਈ ਨਾ ਜਦੋਂ ਕਰੂ ਹੁਣ ਦੇਖੀ ਜਾਊ ਜਿਵੇਂ ਬਣੂਗਾ ਭਾਈ ਮੈਂ ਕਰ ਲੂੰ ਜੇ ਉਹਨੇ ਨਾ ਕਰਿਆ ਤੂੰ ਐਂ ਦੱਸ ਮੈਨੂੰ ਵੀ ਤੇਰੇ ਬਾਪ ਦਾ ਹੀ ਪਤਾ ਲੈ ਲੈ ਹੈ ਕਿੱਥੇ ਉੱਜੜਿਆ ਕਿੱਧਰ ਨਿਕਲਿਆ ਹੋਰ ਕੁਛ ਪਤਾ ਤਾਂ ਲੱਗੇ ਉੱਗ ਸੁੱਗੀ ਨਹੀਂ ਨਿਕਲਦਾ ਉਹਦਾ ਕੋਈ ਹੁਣ ਉਹਨੂੰ ਮੈਂ ਕਿੱਥੋਂ ਭਾਲ ਕੇ ਲਿਆਵਾਂ ਪਹਿਲਾਂ ਮੈਨੂੰ ਐਂ ਦੱਸ ਵੀ ਪਤਾ ਸੁਤਾ ਲੈਣ ਦਾ ਤੇਰਾ ਹੱਕ ਬਣਦਾ ਹੈ ਪਤਾ ਸੁਤਾ ਮੈਨੂੰ ਹੁਣ ਕੀ ਪਤਾ ਕਿੱਥੇ ਫਿਰਦਾ ਤੁਰਿਆ ਮੈਨੂੰ ਕੀ ਦੱਸ ਕੇ ਜਾਂਦਾ ਉਹ ਫਿਰ ਮੈਂ ਟੋਲ ਕੇ ਲਿਆਵਾਂ ਉਹਨੂੰ ਤੇਰਾ ਹੀ ਹੱਕ ਬਣਦਾ ਹੈ ਖਬਰਾਂ ਕਿੱਥੇ ਮੈਸਾਂ ਦੇਖਦੇ ਫਿਰਦੇ ਨੇ ਹੁਣ ਮੈਨੂੰ ਤਾਂ ਫਿਕਰ ਲੱਗਿਆ ਰਹਿੰਦਾ ਉਹਦਾ ਹੈ ਇੱਕ ਤਾਂ ਹਰੇਕ ਨਾਲ ਡੰਡਾ ਡੋਲੀ ਹੋ ਜਾਂਦਾ ਜਿੱਥੇ ਜਾਂਦਾ ਹੈ ਕਿਸੇ ਨਾਲ ਉਹ ਕੱਟਦਾ ਨਹੀਂ ਚੌਧਰ ਹਰੇਕ ਤੇ ਮਾਰਦਾ ਜਿਹਦੇ ਜਾਂਦਾ ਕੁਛ ਨਹੀਂ ਹੁੰਦਾ ਇਹਨੂੰ ਕੰਜਰ ਬੰਦਾ ਉਹ ਮੇਰਾ ਤਾਂ ਦਿਲ ਧੜਕੀ ਜਾਂਦਾ ਦੇਖ ਲਓ ਮੇਰਾ ਸਾਲਾ ਕਿੱਡਾ ਬੇਈਮਾਨ ਹੱਥ ਲੰਗਾ ਜਾ ਹਨਾ ਹੋਰ ਹੁਣ ਸਾਫ ਕੀ ਲੱਗ ਗਿਆ ਕਰਨ ਕੁੜੀ ਦਾ ਮੋਟੂ ਹੈਂਗਰੀ ਲੈ ਕੇ ਭਜਾ ਕੇ ਰਹਿ ਬੋਲਾ ਕੋਈ ਨਾ ਉਹਦੇ ਨਰੇ ਕੁੜਦਾ ਦੇਖੀ ਮੈਂ ਘਰੇ ਜਾ ਕੇ ਤੂੰ ਕਾਹਨੂੰ ਕੁੜਦਾ ਹੈ ਤੇਰੇ ਤਾਂ ਸਾਬੋਂ ਬਾਹਰ ਹੋ ਗਈ ਗੱਲ ਮੈਂ ਤੈਨੂੰ ਦੱਸਾਂ ਮੇਰਾ ਸਾਲਾ ਮੈਨੂੰ ਤਾਂ ਐ ਸੋਚ ਹੋ ਗਈ ਉਹਨਾਂ ਟਰੱਕ ਥੱਲੇ ਬਾੜ ਦੇ ਨਾ ਤਾਂ ਉਹਨੂੰ ਦੀਦਾਗਾ ਹੈ ਨਾ ਉਹ ਤੋਂ ਕਲੱਚ ਦੱਬਿਆ ਜਾਂਦਾਗਾ ਲੱਤਾਂ ਹੀ ਉਹ ਟੁੱਟੀ ਪਈ ਆ ਮੇਰੇ ਸਾਲਾ ਨਿਬੜੂ ਕੰਮ ਬਰਾ ਕਰਾਂ ਕੀ ਕਹਿਣਾ ਆ ਨਿਬੜੇ ਚੰਗਾ ਹੈ ਜਿਹੜਾ ਆਪਾਂ ਕੀ ਕਰਾਉਣਾ ਹੈ ਜੇ ਤੂੰ ਇੱਕ ਗੱਲ ਤੈਨੂੰ ਮੈਂ ਹੋਰ ਦੱਸਦਾ ਹਾਂ ਇੱਥੇ ਰਿਸ਼ਤੇਦਾਰੀ ਆ ਆਪਣੀ ਕਿਹੜੇ ਪਿੰਡ ਆਏ ਭਲਾ ਉੱਪਿਆ ਪਿੰਡ ਆਊ ਅੱਗੇ ਅੱਛਾ ਅੱਛਾ ਮੈਨੂੰ ਲੱਗਾ ਵਿਆਹ ਹੋਇਆ ਤੂੰ ਹਨਾ ਤੂੰ ਕਿਹਾ ਹੋਇਆ ਇੱਥੇ ਤੇਰੇ ਬੰਨ ਕੇ ਆ ਆ ਤੇ ਮਾੜਾ ਸਾਫ ਸਰ ਰਹੀ ਤੂੰ ਠੀਕ ਆ ਨਾ ਮੈਂ ਕਿਹੜਾ ਬਾਬੂ ਪੀਣਾ ਹੈ ਨਾ ਨਾ ਹਾਂ ਹਾਂ ਚ ਹਾਂ ਮਲਿਆਈ ਬਸ ਠੀਕ ਮੈਂ ਕੁਛ ਕਹੀ ਜਾਵਾਂ ਜੇ ਮੇਰੀ ਗੱਲ ਵੱਢਤੀ ਮੈਂ ਤੈਨੂੰ ਵੱਢੂ ਪਹਿਲਾਂ ਕਦੇ ਗੱਲ ਵੱਢੀ ਕਈ ਵਾਰ ਤੂੰ ਵੱਢਦਾ ਨਾ ਚੱਲ ਹੋ ਜਾਂਦੀ ਆ 19-21 ਫਿਰ ਜਦੋਂ ਤੂੰ ਗੱਪ ਜ਼ਿਆਦਾ ਮਾਰਦਾ ਮੈਥੋਂ ਕਹੀ ਜਾਂਦੀ ਆ ਯਾਰ ਸਾਲਿਆ ਨਾਲ ਦੇ ਬੰਦੇ ਦੀ ਹਾਮੀ ਉੱਟੀ ਦੀ ਹੁੰਦੀ ਆ ਬਸ ਠੀਕ ਆ ਗੱਲਾਂ ਨਹੀਂ ਵੱਢਦੇ ਹੁੰਦੇ ਤਾਂ ਕਹੀਤੀ ਮੈਂ ਮੰਨ ਲਈ ਯਾਰ ਖੇਤ ਆ ਉਹਨਾਂ ਦਾ ਗਾਹਾਂ ਦੇਖਦੇ ਆ ਕੀ ਪਤਾ ਖੇਤੀ ਹੋਵਿੰਦਰ ਭੈਣ ਸੁਣੀ ਹਾਂ ਹਾਂ ਚੱਲ ਦੇਖਦੇ ਆ ਕੋਈ ਨਹੀਂ ਇੱਥੇ ਹੀ ਹੂ ਮੈਨੂੰ ਤਾਂ ਲੱਗਦਾ ਕੋਈ ਮਾੜਾ ਸੁਨੇਹਾ ਲੈ ਕੇ ਆ ਗਿਆ ਫੜੀ 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 ਤੇ ਉਹ ਤਾਂ ਮਾਗਰ ਦੀਦੇ ਬਣੀ ਜੀਂਦੜ ਆ ਗਿਆ ਜੀਂਦੜ ਆ ਦੇਖ ਉੱਕੀ ਸਾਈਕਲ ਸੱਟ ਲਿਆ ਵੇਖ ਕੇ ਓਏ ਹੋਵੇ ਐ ਸੂਤ ਹੋਲੀ ਐ ਖਾ ਇਧਰ ਦੀ ਉੱਤਰ ਇਧਰ ਤੇਰਾ ਬਾਬਾ ਕਿੱਥੇ ਐ ਛੱਡ ਤੈਨੂੰ ਉੱਤਰ ਤਾਂ ਜਾਣ ਦੇ ਪਹਿਲਾਂ ਬਾਬੇ ਦੀ ਮੈਂ ਹੋਰ ਫੇਰ ਹੁਣ ਉੱਥੇ ਨੂੰ ਕਿੱਥੇ ਹੈਗਾ ਮੈਂ ਦੱਸ ਦੇ ਕਿੱਥੇ ਐ ਅੰਬੋ ਪੈਰੀ ਪੈਣਾ ਅੰਬੋ ਪੈਰੀ ਪੈਣਾ ਮੈਂ ਜੈਨ ਨੂੰ ਖਾਣੇ ਤੇਰਾ ਪੈਰੀ ਪੈਣਾ ਮੈਨੂੰ ਐ ਦੱਸ ਕਰਨੈਲ ਕਿੱਥੇ ਐ ਹੈ ਬੈਠ ਕੇ ਮੈਂ ਤੈਨੂੰ ਗੱਲ ਸੁਣਾਉਣਾ ਯਾਰ ਮੈਨੂੰ ਇੰਨਾ ਕੁ ਪਤਾ ਵੀ ਮੈਂ ਮੇਰੇ ਮਾਗਰ ਨਾ ਬਹਿ ਗਿਆ ਸੀ ਉਹ ਮੈਂ ਢਾਣੀ ਪਾ ਲਿਆ ਮੋਟਰ ਫਿਰ ਕਿੱਧਰ ਵੱਗ ਗਿਆ ਉਦੋਂ ਮਗਰੋਂ
ਐ ਨੀ ਦੇਖ ਮੈਨੂੰ ਪਤਾ ਲੱਗਿਆ ਵੀ ਭੈਣ ਮਰਾਵੇ ਬੰਦਾ ਗਿਆ ਤਾਂ ਗਿਆ ਕਿੱਥੇ ਹੈ ਮੈਂ ਤੇਰੀ ਤਾਂ ਇਹੀ ਜੇ ਗੌਰ ਆ ਕਰਾਮਾ ਮਲੰਗ ਉਹਦੇ ਨਾਲ ਰਲ ਲੈ ਮੈਂ ਤਾਂ ਹੁਣ ਫਿਕਰ ਲੱਗਿਆ ਮੈਂ ਉਹ ਤੂੰ ਸੁਣਿਆ ਵਾਂਗੂ ਆ ਗਿਆ ਤੈਨੂੰ ਬੰਦੇ ਦਾ ਨਹੀਂ ਪਤਾ ਦਿਮਾਗ ਰਹੇਗਾ ਕਿ ਨਾ ਯਾਰ ਮੈਨੂੰ ਪਤਾ ਨਹੀਂ ਲੱਗਾ ਜੇ ਮੈਨੂੰ ਪਤਾ ਲੱਗ ਜਾਂਦਾ ਮੈਂ ਖੜਾ ਲੈਂਦਾ ਮੈਨੂੰ ਕੇਰਾਂ ਬਿਠਾ ਕੇ ਮੋਟਰਸਾਈਕਲ ਹੱਕਦਾ ਸੀ ਵੀ ਉਹ ਤਾਂ ਐਡਾ ਸੂਰ ਮਾਰਦੀ ਵੀ ਕਿਸੇ ਤੋਂ ਢਾਇਆ ਨਹੀਂ ਢਾਈਦਾ ਤੀ ਉਹ ਤੂੰ ਰਹਿਣ ਦੇ ਰਹਿਣ ਦੇ ਰਹਿਣ ਦੇ ਹੋਰ ਕੀ ਹੈ ਸੰਦੀਪ ਤੈਨੂੰ ਤਾਂ ਉਹਦਾ ਭੋਰਾ ਵੇ ਕਰਨੀ ਫਿਰ ਵੀ ਮੇਰਾ ਬੰਦਾ ਸੀ ਉਹ ਮੈਂ ਉਹਦੇ ਬਿਨਾ ਰੰਡੀ ਖਾਉਂਗੀ ਅੰਬੋ ਉਹਨੂੰ ਰੱਬ ਨਹੀਂ ਲੈ ਜਾਂਦਾ ਇਹ ਜੇ ਤੋ ਕੀ ਕਰਾਉਣਾ ਹੈ ਉਹਦਾ ਮੇਰੇ ਸਾਲੇ ਨੇ ਸਾਰੇ ਭੂਤ ਪਾ ਲੂ ਉੱਥੇ ਉਹ ਹਾਂ ਮੈਂ ਤਾਂ ਵੀ ਕਰ ਲੱਗਿਆ ਗੱਲ ਸੁਣ ਉਹ ਮੈਨੂੰ ਐ ਨਹੀਂ ਪਤਾ ਵੀ ਗਿਆ ਤਾਂ ਗਿਆ ਕਿੱਥੇ ਤੂੰ ਮੈਨੂੰ ਐ ਦੱਸ ਮਾਗਰ ਜਾਇਆ ਜਾਂਦਾ ਬੰਦੇ ਤੂੰ ਆਇਆ ਕਿੱਥੋਂ ਹੁਣ ਯਾਰ ਦੇਖ ਮੈਂ ਮੇਰੀ ਗੱਲ ਸੁਣ ਇੱਕ ਅੱਖ ਕੰਮ ਕਰਦੀ ਆ ਮੈਂ ਤਾਂ ਮੂਰੀ ਝਾਕਿਆ ਮੈਂ ਤਾਂ ਬਈ ਮਾਗਰ ਝਾਕੀ ਨਹੀਂ ਮੈਨੂੰ ਤਾਂ ਰਾਹ ਦਾ ਵੀ ਨਹੀਂ ਪਤਾ ਮੈਨੂੰ ਤਾਂ ਐਂ ਜੇ ਪਤਾ ਵੀ ਹਾਂ ਅੱਧੀ ਕੁ ਸੜਕ ਉਹ ਪੱਟੀ ਜੀ ਨਹੀਂ ਹੁੰਦੀ ਜਿਹੜੀ ਸੜਕ ਦੇ ਵਿਚਾਲੇ ਅੱਧੀ ਦੀਂਦੀ ਆ ਮੈਨੂੰ ਉਹ ਅੱਧੀ ਐਂ ਜੇ ਮੈਂ ਫਿਰ ਪਾ ਲਿਆ ਬਸ ਸੜਕ ਉਹ ਹੁਣ ਅਸੀਂ ਕਿੱਥੇ ਭਾਲਦੇ ਫਿਰਾਂਗੇ ਉਹਦੇ ਬਿਨਾ ਸਾਡਾ ਘਰ ਕਿਹੜਾ ਚਲਾਊਗਾ ਫੇਰ ਮੈਨੂੰ ਦਿਆ ਕਰ ਬੱਸ ਕਰ ਮੈਂ ਲਾਗੀ ਕਰ ਲੱਗਿਆ ਪਿਆ ਉਹਨਾਂ ਲਾਗੀ ਪੱਟਣ ਉਰੇ ਪਹਿਲਾਂ ਕਰਦਾ ਮੇਰਾ ਬਿੰਦ ਨਹੀਂ ਸਰਦਾ ਮੈਂ ਫੇਰ ਵੀ ਮੇਰੇ ਸਿਰ ਦਾ ਸਾਈਆਂ ਉਹ ਦੇਖ ਬਹੁਤ ਮੋਤੀ ਨਾ ਤੇਰਾ ਉਹਦੇ ਨਾਲ ਚਾਹੇ ਨਹੀਂ ਮੋਤੀ ਫੇਰ ਵੀ ਘਰ ਦਾ ਸਰਦਾਰ ਤਾਂ ਉਹੀ ਹੈ ਹੈਗਾ ਹੈਗਾ ਘਰ ਚਲਾਉਣ ਵਾਲਾ ਆਦਮੀ ਹੈਗਾ ਅੰਬੋ ਤੂੰ ਫਿਕਰ ਨਾ ਕਰ ਨਾਲੇ ਉਹ ਇੰਨੀ ਛੇਤੀ ਮਰਨ ਵਾਲਾ ਨਹੀਂ ਹੈਗਾ ਉਹ ਕੰਜਰ ਬੰਦੇ ਮਰਦੇ ਹੁੰਦੇ ਨੇ ਭਲਾ ਮੈਨੂੰ ਸਹੀ ਗੱਲ ਹੈ ਸਹੀ ਗੱਲ ਹੈ ਕੋਈ ਨਾ ਪਿਓ ਨੂੰ ਨਹੀਂ ਕਹੀਦਾ ਹੁੰਦਾ ਗੁੱਸਾ ਗਿਲਾ ਹੁੰਦਾ ਮੈਨੂੰ ਐਂ ਦੱਸ ਹਾਂ ਹਾਂ ਤੇਰੇ ਕੋਈ ਮਾੜੀ ਮੋਟੀ ਯਾਦ ਹੈ ਕਿਤੇ ਯਾਰ ਮੇਰੇ ਨਹੀਂ ਯਾਦ ਜੇ ਮੇਰੇ ਯਾਦ ਹੁੰਦਾ ਨਾ ਮੈਂ ਤੈਨੂੰ ਉਹਦੀ ਦੱਸ ਦਿੰਦਾ ਮੈਨੂੰ ਤਾਂ ਬਸ ਮੇਰੇ ਸਾਲੀ ਦੀ ਸਲਾਮ ਤੋਂ ਤਾਂ ਲੰਘੀ ਤੀ ਜਦੋਂ ਤੂੰ ਪੁਲ ਉਹ ਕਰਕੇ ਪੁਲ ਤੋਂ ਬਾਅਦ ਨਹੀਂ ਦੇਖ ਮੈਨੂੰ ਪਤਾ ਲੱਗਿਆ ਵੀ ਮੇਰੇ ਮਗਰ ਕੌਣ ਆ ਕੌਣ ਨਹੀਂ ਹੈਗਾ ਪੁੱਛਣਾ ਇਹਨੂੰ ਇਹ ਤਾਂ ਆਪ ਹੋਇਆ ਜੀ ਹੈ ਉਹਨਾਂ ਵਰਗਾ ਚੱਲ ਬੇਬੇ ਮੈਂ ਦੇਖ ਉਹ ਆ ਜਾ ਰਾਮਾ ਰਾਜ ਜਾਂਦਾ ਨਾਲ ਤੂੰ ਉਹ ਨਹੀਂ ਮੈਂ ਮੈਨੂੰ ਦਲਾ ਲੱਤਾਂ ਤੋੜਾਂਗਾ ਅੰਬੋ ਫਿਕਰ ਨਾ ਕਰ ਤੂੰ ਕੱਟਿਆ ਬੱਟਾ ਤੇ ਆਪ ਪਿਆ ਪਹਿਲਾਂ ਇਹਨੂੰ ਤਾਂ ਪੁੱਛ ਲੈ ਕੀ ਹੋਇਆ ਮੈਂ ਜਿੰਦੋਂ ਆਇਆ ਤੀ ਤੈਨੂੰ ਪਤਾ ਹੋਊਗੀ ਕਰਨੈਲ ਦੀ ਤੈਨੂੰ ਤਾਂ ਅੰਬੋ ਹੋਣੀ ਚਾਹੀਦੀ ਵੀ ਆ ਹੈ ਉਹ ਤਾਂ ਐਂ ਕਰਕੇ ਸੰਦੀਪ ਮੋਟਰਸਾਈਕਲ ਸਾਡਾ ਪੁਲ ਤਾਰ ਕੇ ਸਾਨੂੰ ਪਰਲੀ ਪਾਰ ਨੰਘਾ ਆਇਆ ਉਦੋਂ ਬਾਅਦ ਉਹ ਮੈਨੂੰ ਕਹਿੰਦੇ ਚਲੋ ਮੋਟਰਸਾਈਕਲ ਅੱਧ ਚੋਂ ਮੈਂ ਫੜ ਲਿਆ ਮਗਰੋਂ ਨਹੀਂ ਪਤਾ ਲੱਗਿਆ ਭਾਈ ਕੀ ਹੋਇਆ ਕੀ ਨਾ ਹਾਂ ਮੈਂ ਤਾਂ ਡਰ ਗਈ ਤੈਨੂੰ ਦੇਖ ਕੇ ਮੈਂ ਕਿਹਾ ਕਦੀ ਲੜਾਈ ਨਾ ਹੋ ਗਈ ਹੋਵੇ ਲੱਤਾਂ ਮਾਂ ਇਹ ਬਣਾਈ ਫਿਰਦਾ ਨਹੀਂ ਪਤਾ ਕੀ ਕੁਛ ਬਣਿਆ ਨਹੀਂ ਨਹੀਂ ਤੂੰ ਐਂ ਅੰਬ ਐਂ ਕਰ ਚਾਹ ਦਾ ਕੌਲਾ ਲਿਆ ਭਰ ਕੇ ਫਿਰ ਦੇਖਦਿਆਂ ਭਾਲ ਕੇ ਲਿਆਉਣੇ ਆ ਚਾਹ ਤਾਂ ਤੈਨੂੰ ਲਿਆ ਦੂੰਗੀ ਵੇ ਮੈਨੂੰ ਤਾਂ ਕਰਨੈਲ ਦਾ ਹੀ ਫਿਕਰ ਲੱਗਿਆ ਪਿਆ ਭਾਈ ਜੇ ਨਜ਼ਰ ਆਉਂਦਾ ਨਹੀਂ ਹਾਏ ਦੇਖ ਕਰਨੈਲ ਹੁਣ ਵੱਡੀ ਉਹ ਬਣ ਕੇ ਖੜ ਗਈ ਕਰਨੈਲ ਦੀ ਕੇਰਾਂ ਹੱਥਾਂ ਤੜਕੇ ਤਾਂ ਕਲੇਸ਼ ਹੁੰਦਾ ਲਿਆਓ ਚਾਹ ਦਾ ਕੌਲਾ ਲਿਆਓ ਭੈਣ ਮਰਾਵੇ ਕਰਨੈਲ ਆਪਾਂ ਆ ਕੇ ਕਰੇ ਲਿਆਓ ਕਰਾਂ ਘਰ ਘਰ ਹੀ ਗੰਦਾ ਓਏ ਬਾਗੀ ਵੱਡੀ ਹੇਜਣ ਕਰਨੈਲ ਸਾਰਾ ਦਿਨ ਤਾਂ ਹੁੱਜਾਂ ਖਾਨੀ ਆ ਤੂੰ ਹੈ ਮੇਰਾ ਸਾਰਾ ਜਿਹੜਾ ਕਨੱਖਾ ਹੋਇਆ ਫਿਰਦਾ ਉਹਨੂੰ ਕਿਸੇ ਨੇ ਕੁਛ ਪੁੱਛਿਆ ਨਹੀਂ ਥਾਂ ਥਾਂ ਤੋਂ ਭੰਨਿਆ ਪਿਆ ਪੀ ਆਰ ਟੀ ਸੀ ਮੰਗ ਵੀ ਦੱਸ ਹੱਥਾਂ ਤੜਕੇ ਹੁੱਜਾਂ ਖਾਂਦੀ ਆ ਹਜੇ ਵੀ ਹਰਦੀ ਦੀ ਬਾਬੇ ਦਾ ਕਰਨ ਇਹ ਨਹੀਂ ਯਾਰ ਇਹਦਾ ਕਸੂਰ ਨਹੀਂ ਹੈਗਾ ਕਰਨੈਲ ਦਾ ਜੇ ਆਪਾਂ ਕਹਿ ਦਈਏ ਵੀ ਇਹ ਕਰਨੈਲ ਇਹਦੇ ਨਾਲ ਬਦੀਆਂ ਕਰਦਾ ਆਹ ਜਵਾਕ ਜਿਹਾ ਦੇਖ ਲਾ ਉਹ ਸਿੱਧੇ ਮੂੰਹ ਉਹ ਨਹੀਂ ਬੋਲਦਾ ਕਰਨੈਲ ਯਾਰ ਊਂ ਹੈ ਤਾਂ ਤੂੰ ਤੰਗੀ ਕਰੋ ਜੇ ਕਿਤੇ ਮੇਰੀ ਲਾਦ ਜਾਂ ਮੇਰੀ ਜਨਾਨੀ ਮੈਂ ਤਾਂ ਕੁੱਟ ਕੇ ਡੱਕਰ ਦਿੰਦਾ ਤੇਰਾ ਜਿਗਰ ਹੀ ਵੱਡਾ ਹੈ ਯਾਰ ਹੈ ਹਜੇ ਕਰਨੈਲ ਹੈ ਕਰਨੈਲ ਬੂਹ ਕਰਨੈਲ ਧਮਕਾ ਕਰਨੈਲ ਕਰਨੈਲ ਬਣਾ ਲਿਆ ਰੱਬ ਹਾਂ ਕਿੱਡਾ ਕੁ ਕਰਨੈਲ ਹੈ ਉਹ ਇੱਥੇ ਫਿਰਦਾ ਉਟੋ ਕੁਟੇਰ ਹੋਇਆ ਮੇਰਾ ਸਾਲ ਨਾਲ ਉਹ ਰਲ ਗਿਆ ਹੈਂ ਇੱਥੇ ਕਿਤੇ ਮੂਤ ਪੀਂਦੇ ਫਿਰਦੇ ਹੋਣਗੇ ਦੇ ਦੇ ਕਰਨੈਲ ਦੀ ਖਬਰ ਇਹਨਾਂ ਨੂੰ ਲਿਆ ਦੋ ਅੰਬ ਚਾਹ ਦਾ ਕੌਲਾ ਆਖਿਆ ਸੀ ਹਾਂ ਲਿਆ ਦਿਓ ਲੈ ਉੱਧਰਲਾ ਕੀਲਾ ਤਾਂ ਗਿਆ ਡੱਕ ਅਤੇ ਇਹਨੂੰ ਖੋਲਦਾ ਨੇ ਮਾੜਾ ਜਿਹਾ ਸਮਾਰ ਕੇ ਇਹ ਵੀ ਡੱਕ ਜੂਗਾ ਹੋਰ ਓਲੇ ਬੋਲੇ
ਚੱਲ ਚੱਲੀਏ ਹੁਣ ਆਪਾਂ ਮੋਟਰ 'ਤੇ ਬਹਿੰਦੇ ਹਾਂ ਬਿੰਦ ਝੱਟ ਜਾ ਕੇ। ਚੱਲ ਮੋਟਰ 'ਤੇ ਚੱਲਦੇ ਹਾਂ ਬਿੰਦ ਝੱਟ ਆਰਾਮਦਾਰੀ ਕਰਾਂਗੇ। ਹੋਰ ਆ ਆਹ ਕਿਹੜੇ ਯਾਰ ਨੇ ਤੁਰੇ ਹੋਏ, ਲੱਗਦਾ ਤਾਂ ਕਰਨੈਲ ਸੂ ਵਰਗਾ ਇਹ। ਇਹ ਕਿੱਧਰ ਫਿਰਦਾ ਤੈਨੂੰ ਗਾ ਤੁਰਿਆ ਦੁਪਹਿਰੇ ਦੁਪਹਿਰੇ, ਸਮਝ ਨਹੀਂ ਆਉਂਦੀ ਆਹ ਵਿਚੋਲਾ ਇੱਕ ਹੈ ਕਿੱਧਰ ਫਿਰਦੇ ਨੇ। ਚੱਲ ਆ ਜਾਣ ਦੇ ਕੋਈ ਨਾ। ਕਰਨੈਲ ਸਿਆ ਕੀ ਹਾਲ ਆ ਹੈ ਬਾਹੋ ਤੇਰੇ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਆਰਾਮ ਸਿਆ, ਹੋਰ ਠੀਕ ਆ ਭਾਈ? ਹਾਂ ਵਧੀਆ ਵਧੀਆ, ਕਰਮ ਚੰਗੇ ਨੇ ਤੇਰੇ, ਜਿਹੜੇ ਦਰਸ਼ਨ ਹੋ ਗਏ ਕਰਨੈਲ ਦੇ। ਓ ਬਾਈ ਆਪਾਂ ਤਾਂ ਮਹਿੰਗੇ ਘਰ ਤੇ ਦਰਸ਼ਨ ਹੋਣਾ। ਯਾ ਤਾਂ ਮੈਂ ਕਨਾ ਰੂਹ ਖਿੜਕੀ ਦੇਖ ਕੇ ਸੁਣੂ ਬੋਲਿਓ ਐ ਆ ਚਲੇ ਮੋਟਰ ਤੇ। ਚੱਲ ਚੱਲ ਬੰਬੀ ਤੇ ਚੱਲ। ਹੋਰ ਉਹ ਬੋਲਿਆ ਦੇਖ ਲੈਣਾ ਠੀਕ ਆ ਕਰੇ। ਮੈਂ ਕਨਾ ਕੀਆਂ ਤਾਂ ਭੱਜੇ ਫਿਰਦੇ ਨੇ ਸਾਰੇ। ਹੋਰ ਹਾਂ ਓਏ ਕਰਨੈਲ ਸੇ ਆ ਭਾਈ, ਤੁਸੀਂ ਦੁਪਹਿਰੇ ਦੁਪਹਿਰੇ ਕਿੱਧਰ ਫਿਰਦੇ ਹੋ ਮੈਨੂੰ ਐ ਦੱਸੋ ਪਹਿਲਾਂ ਤੁਸੀਂ। ਉਹ ਕਾਹਨੂੰ ਜੀ? ਹਾਂ ਇਹ ਤਾਂ ਹੋਰ ਦੀ ਗੱਲ ਆ, ਮੈਂ ਇੱਥੇ ਕਿਰਾਇਆ ਦੀ ਤੁਹਾਡੇ ਲਵੇ ਪਿੰਡਾਂ ਕੌਰੀਆਂ ਨਹੀਂ ਹੈਗਾ। ਹਾਂ ਨਾਲ ਲੱਗ ਮੈਂ ਆਪਣੇ ਕੌਰੀਆਂ ਇੱਥੇ ਰਿਸ਼ਤਾ ਕਰਾਇਆ ਸੀ। ਠੀਕ ਆ, ਉਹਨਾਂ ਦੀ ਪੇਮੈਂਟ ਜੀ ਫਸੀ ਪਈ ਸੀ, ਮੈਨੂੰ ਲੱਗਦਾ ਸੀ ਕੱਲੇ ਨੂੰ ਡਰ ਆ, ਮੈਂ ਕਰਨਾ ਇਹਨੂੰ ਲੈ ਗਿਆ ਮਹਾਂ ਚਲਾ ਵਾਜਾ ਆਨੀ ਬਾਨੀ ਕਢਾ ਲਿਆਉਣਾ। ਚਲੋ ਵਧੀਆ ਚੰਗੀ ਗੱਲ, ਦੂਰ ਸਾਲ ਹੋ ਗਿਆ ਪੈਸੇ ਦੱਬਿਆਂ ਨੂੰ। ਠੀਕ ਆ, ਮੈਂ ਅੱਜ ਜਦੋਂ ਇਹਦੇ ਨਾਲ ਆ ਗਿਆ ਹਾਂ ਉਹਨਾਂ ਨੇ ਦੇਖ ਲਿਆ ਵੀ ਕਰਨੈਲ ਆ ਨਾਲ। ਬਿਲਕੁਲ, ਪੈਸੇ ਉਹਦੀ ਧਰਤੇ ਸਣੇ ਪਿਆ ਅੱਜ। ਵਾਹ ਜੀ ਵਾਹ, ਦੁੱਧ 'ਚ ਪੱਤੀ ਨਾਲ ਖੋਆ ਕਿੱਥੇ ਜ਼ਮੀਨ ਦੀ ਦੱਸ ਪਈ ਸੀ। ਅੱਛਾ, ਨਾਲੇ ਉਹ ਦੇਖ ਲੈ ਪੰਜ ਚਾਰ ਕਿੱਲੇ ਮੇਰੇ ਫਿੱਟਣੀਆਂ ਆ ਬਾਹਣ। ਅੱਛਾ ਜੀ, ਬਾਹਣ ਭਾਈ ਨਰਮ ਨੇ। ਠੀਕ ਆ, ਜੇ ਬਾਹਣ ਦੇਖਣਾ ਤੁਸੀਂ ਨੇ? ਹਾਂ ਦੇਖ ਲਾਂਗੇ ਜੇ ਪੰਜ ਚਾਰ ਕਿੱਲੇ। ਹੁਣ ਮੋਟਰ ਲੱਗੀ ਹੋਵੇ? ਮੋਟਰ ਲੱਗੀ ਹੋਈ ਆ, ਉਹ ਹੈਗੇ ਨੇ 5 ਕਿੱਲੇ ਆਪਣੇ 25 ਦੀ ਮੋਟਰ ਆ, ਅਰ ਸੂਏ ਦਾ ਪਾਣੀ ਪੈਂਦਾ ਉਹਦੇ ਵਿੱਚ। ਨਾ ਨਹਿਰੀ ਪਾਣੀ ਨਹੀਂ, ਨਹਿਰੀ ਪਾਣੀ ਨਾਲ ਲੱਗਦਾ ਹੋਵੇ, ਆਪਾਂ ਤਾਂ ਪਲਾਂਟ ਕੱਟਣੇ ਨਾ ਫਿਰ। ਅੱਛਾ ਪਲਾਂਟ, ਟੀਮ ਚਲਾ ਰਿਹਾ ਜੀ ਪਿੰਡ 'ਚ, ਹੁਣ ਵੋਟਾਂ 'ਚ ਖੜਾ ਹੋਊਗਾ, ਸਰਪੰਚ ਬਣਨ ਜਾ ਰਿਹਾ। ਵਾਹ ਜੀ ਵਾਹ, ਆਪਾਂ ਤਾਂ 5-4 ਕਿੱਲੇ ਲੈ ਕੇ ਉੱਥੇ ਕੈਲੀ ਕਲੋਨੀ ਬਣਾਉਣੀ ਆ। ਵਾਹ ਜੀ ਵਾਹ, ਫੇਰ ਤਾਂ ਤੂੰ ਐ ਕਹਿ ਵੀ ਪਿੰਡ ਲਵੇ ਚਾਹੀਦੀ ਆ, ਹੈਨਾ? ਪਿੰਡ ਲਵੇ, ਪਿੰਡ ਲਵੇ ਹੈਗੇ ਨੇ ਫਿਰ 4 ਕਿੱਲੇ। ਚਲ ਕੋਈ ਨਾ, ਦੇਖ ਲਵਾਂਗੇ। ਚਲ ਉਹਨਾਂ ਤੋਂ ਪੁੱਛ ਲੈਣਾ ਕਰਨਾ ਹੈ, ਇਧਰ ਤਾਂ ਕਲੋਨੀਆਂ ਇਕੱਠੀਆਂ ਮਹਿੰਗੀਆਂ ਪੈ ਜਾਣੀਆਂ ਆਪਾਂ ਨੂੰ, ਇੱਥੇ ਫਾਇਦਾ ਨਹੀਂ ਨਾ। ਜੇ ਕਹੇ ਮੈਂ ਦਿਖਾ ਲੈਣਾ ਤੈਨੂੰ। ਨਾ 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 ਨਾ, ਮੈਨੂੰ ਤੂੰ ਐ ਦੱਸ ਵੀ ਤੇਰੇ ਕਿਉਂ ਨਹੀਂ ਕਰਮਾਂ 'ਚ ਜਸ ਹੈ? ਹਾਂ ਕਦੋਂ ਮਰਜ਼ੀ ਦੇਖ ਲਾ, ਤੂੰ ਇਹਦੇ ਵਿੱਚ ਖੱਪਦੀ ਖੱਪਦਾ। ਉਹ ਕੀ ਕਰੀਏ, ਦੂਜਾ ਦਾ ਬਾਹਰ ਗਿਆ ਹੋਇਆ ਬਾਹਰਲੇ ਦੇਸ਼ 'ਚ, ਉਹ ਮੈਨੂੰ ਫਿਰ ਗੇੜਾ ਗੂੜਾ ਤਾਂ ਮਾਰਨੀ ਪੈਂਦਾ ਮਾੜਾ ਮੋਟਾ। ਉਹ ਪਾਣੀ ਬਦਲ ਕੇ ਆਇਆ ਸੀ ਉਧਰ ਮੈਂ। ਵੀਰੀ ਤੇਰੀ ਮਾੜੀ ਆ, ਸਮਾਨ ਤੂੰ ਫੁੱਲ ਪਾਇਆ ਹੋਇਆ ਇਹਦੇ ਵਿੱਚ, ਜਿਹੜੇ ਹਿਸਾਬ ਨਾਲ ਖਪਾਈ ਹੈ ਹਾਂ ਫਸਲ ਹੈ ਨਹੀਂ ਉਹ ਕੰਮ ਦੀ। ਅੱਛਾ, ਤੂੰ ਐ ਹਿਸਾਬ ਲਾ ਲਾ, ਕਦੇ ਖੇਤ ਗੇੜਾ ਨਹੀਂ ਮਾਰਿਆ, ਜਿੱਦੀ ਜੀਰੀ ਲੱਗੀ ਹੈਗੀ ਹੈ ਰਿਹਾ ਨੱਕੇ 'ਚ ਰੱਖ ਦਾਣਾ, ਦਵਾਈ ਆ ਕੀ ਖੇਲ 'ਚ ਘੋਲ ਦਾਣਾ। ਉਹੀ ਗੱਲ ਆ, ਪਰੌਣਿਆ ਕੰਧ ਵਰਗੀ ਜੀਰੀ ਆ ਤੇਰੇ ਵਾਲੀ ਨਾਲੋਂ। ਮੈਨੂੰ ਤਾਂ ਲੱਗਦਾ ਤੂੰ ਸਾਰੀਆਂ ਫੜਾ ਮਾਰਦਾ ਇਹ। ਨਾ ਕਿਹੜੀ ਉੱਥੇ ਜੀਰੀ ਆ, ਨਾਲੇ ਟਿੱਬਿਆਂ ਦਾ ਬਹਾਨਾ ਹੁਣੀ ਕਰਨ ਲੱਗਿਆ ਜੀ ਇਹ। ਅੱਛਾ, ਹੁਣੀ ਕਰਨ ਲੱਗਿਆ, ਉਹ ਦੂਆ ਖੇਤ ਦੇ ਟਿੱਬੇ ਨੇ, ਕਿਹੜਾ ਉੱਥੇ ਜੀਰਾ ਹੁੰਦਾ ਬੋਲਿਆ ਹੈ। ਕੱਲਾ 10 ਲੱਖ ਦੀ ਤਾਂ ਮੂੰਗਫਲੀ ਵੇਚਤੀ ਮੈਂ ਟਿੱਬਿਆਂ ਚੋਂ। ਅੱਛਾ, ਐਮਪੀ ਤੱਕ ਵਿਕੀ ਆ। ਠੀਕ ਆ ਠੀਕ ਆ, ਬਸ ਨਾਲੇ ਇੱਕ ਗੱਲ ਹੋਰ ਆ ਨਿਰਪੈ, ਜਿਵੇਂ ਹੁਣ ਜੀਰੀ ਇਹ ਹਾਂ, ਜੀਰੀ ਦਾ ਬੂਝਾ ਵੀ ਕਮਜ਼ੋਰ ਆ, ਇਹਦੇ ਨਾਲ ਵੱਡਾ ਬੂਝਾ ਦਾ ਕੱਖਾਂ ਦਾ, ਸਹੀ ਜਿਹੜੇ ਜੀਰੀ ਚ ਹੋਏ ਹੋਏ ਨੇ ਸਾਡੇ ਪੱਟ ਤੇ ਅਸੀਂ ਹਾਂ ਪੱਟ ਤੇ
ਅੱਛਾ ਦਿਹਾੜੀਆ ਬਾਰੇ ਦੱਸੀ ਮੈਂ ਦਿਹਾੜੀਆ ਜਦੋਂ ਬਿਜਲੀ ਲੰਘਣ ਲੱਗਿਆ ਲੰਘੇ ਨੀ ਗਿਆ ਉਤੋਂ ਅੱਛਾ ਦਾਖਲਾ ਹੱਡੀ ਵਾਲੇ ਦੇ ਚਾਹ ਪਾਣੀ ਪਿਆ ਦੇ ਚੰਗੀ ਗੱਲ ਹੈ ਨਹੀਂ ਉਹ ਮੁੰਡਾ ਖੜਾ ਬੋਲਿਆ ਚਾਹ ਪਾਣੀ ਪਿਆਵਾਂਗੇ ਸਾਰਾ ਕੁਝ ਰੋਟੀ ਟੁੱਕ ਖਵਾਵਾਂਗੇ ਦੁਪਹਿਰੇ ਦਾ ਟਾਈਮ ਆ ਸਾਨੂੰ ਤਾਂ ਲੋੜ ਨੀ ਸੋਡੀ ਚਾਹ ਦੀ ਮੈਂ ਤਾਂ ਸਵੇਰੇ ਨਾ ਬਰਫੀ ਜੀ ਖਾਇਆ ਸੀ ਅੱਛਾ ਇੱਕ ਖੋਆ ਜਿਹਾ ਸੀ ਜਿਹੜਾ ਤੁਸੀਂ ਸੰਧਾਰੇ ਚ ਤੋਰਿਆ ਸੀ ਅੱਛਾ ਤੜਕੇ ਪਿੰਨੀ ਜੀ ਇਹਨਾਂ ਦੀ ਦੀ ਹੋਈ ਜਿਹੜੀ ਖਵਾਈ ਸੀ ਆਹੋ ਆਹੋ ਸਵਾਤੀ ਭਾਈ ਸਵਾਤੀ ਜੀ ਪਰੌਣਿਆਂ ਕਿਉਂ ਟੇਡੀਆਂ ਮਾਰੀ ਜਾਂਦਾ ਮੇਰਾ ਗੱਲਾਂ ਕੋਈ ਮੈਂ ਸਾਰੀ ਗੱਲ ਸਮਝ ਗਿਆ ਹੈ ਹੁਣ ਤਾਂ ਆਕੜ ਛੱਡ ਦੇ ਹੁਣ ਤਾਂ ਸਿਵਿਆਂ ਜਾਣ ਵਾਲਾ ਹੋ ਰਿਹਾ ਤੂੰ ਮੇਰਾ ਹੈ ਉਹ ਕਾਲਾ ਗਿਆ ਹੋਇਆ ਰੋਗਲੇ ਬਿਸਕੁਟ ਕਰਾਉਣਾ ਆਊਗਾ ਕੱਲ ਨੂੰ ਆਜੂ ਲਾਜ਼ਮੀ ਪੱਕਾ ਤੁਸੀਂ ਐਂ ਕਰਿਓ ਕਾਲੇ ਨੂੰ ਮੇਰੇ ਕੋਲੇ ਤੋਰ ਦਿਓ ਉੱਥੋਂ ਮੈਂ ਬਿਸਕੁਟ ਕਰਾ ਕੇ ਦੇ ਦੂੰ ਬੱਬੀ ਦਿਓ ਹੋਰ ਹੁਣ ਅਸੀਂ ਕਰਾਂਗੇ ਜੀ ਪੀਪਾ ਤੁਹਾਨੂੰ ਕੀ ਲੋੜ ਆ ਸੰਧਾਰੇ ਦੇਣ ਦੀ ਹਾਂ ਤੁਸੀਂ ਤਾਂ ਸੰਧਾਰਕ ਦੇਤਾ ਮੈਨੂੰ ਜਿਹੜਾ ਮੇਰੇ ਪੱਲੇ ਪਿਆ ਹੋਇਆ ਦਾਰੂ ਹੈ ਕਦੇ ਹਜ਼ਾਰ ਹਜ਼ਾਰ ਰੁਪਏ ਨੂੰ ਬਹਿ ਜਾਂਦਾ ਜਾ ਕੇ ਘੋੜੀ ਵਰਗਾ ਬਲਦ ਰਾਮ ਸਿਆ ਮੇਰੀ ਗੱਲ ਇੱਕ ਸੁਣ ਲਾ ਤਵੀਆਂ ਲੈ ਕੇ ਦੀ ਦੋ ਦਿਨਾਂ ਵਾਸਤੇ ਮੁੜ ਕੇ ਅੱਜ ਖੜਾ ਕੇ ਜਾਂਦਾ ਪੁੱਛ ਲੈ ਇਹਨੂੰ ਹਾਂ ਰਾਮਿਆ ਤੂੰ ਗੱਲ ਸੁਣ ਲਾ ਤੂੰ ਜਾਮਣੀ ਹੋ ਗਿਆ ਵਿੱਚ ਹੋ ਗਿਆ ਬਈ ਤਵੀਆਂ ਉੱਤੇ ਨਾਲ ਤਾਂ ਸਾਰਾ ਛੋਟੀ ਕੁੜੀ ਦਾ ਸਮਾਨ ਨਾਲੇ ਛੋਟੀ ਕੁੜੀ ਇੱਥੇ ਖੜਾ ਕੇ ਜਾਉਂ ਖੇਤੀ ਚੱਲ ਰਾਮਿਆ ਤੂੰ ਖੜਾ ਜੀ ਓਏ 20 ਵਾਰੀ ਖੜਾ ਜੀ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਚੰਗਾ ਸਤਿ ਸ੍ਰੀ ਅਕਾਲ ਆਪਦੇ ਲੱਗਦੇ ਨੇ ਹੈ ਹੈ ਤੇ ਜੀ ਨਾ ਬਣਦੀ ਨਹੀਂ ਪਹਿਲੇ ਤੈਨੂੰ ਆ ਹਾਂ ਕੰਜਰਾ ਹੁਣ ਤਾਂ ਤੂੰ ਹਟ ਜਾ ਲੜਨ ਹੁਣ ਤਾਂ ਰੱਸੀ ਮੱਚੀ ਜੀ ਕਹਿੰਦੇ ਵੱਡ ਨਹੀਂ ਜਾਂਦਾ ਸਾਰੀ ਉਮਰ ਲਿਖਾਤੀ ਤੇਰੇ ਨਾਲ ਆ ਹੈ ਐ ਦੱਸ ਪਹਿਲਾਂ ਮੈਨੂੰ ਕੁੜੀ ਤਾਂ ਅੱਧੀ ਹੋ ਗਈ ਸਾਡੀ ਹੈ ਕੰਜਰ ਨਾ ਹੋਵੇ ਕਿਸੇ ਥਾਂ ਦਾ ਸਾਡੀ ਕੁੜੀ ਤੁਸੀਂ ਅੱਧੀ ਕਰਤੀ ਤੁਸੀਂ ਘੁੱਟ ਘੁੱਟ ਕੇ 10 ਫੁੱਟ ਦੀ ਟਰਾਲੀ ਸੀ ਉਹ ਉਹਦਾ ਤੂੰ ਮਿਹਣਾ ਦੇਤਾ ਅੱਜ ਹੈ ਚੱਲ ਕੋਈ ਨਾ ਕੋਈ ਨਾ ਗੱਲ ਸੁਣ ਬੀਗੇ ਦੀ ਬੀਗੇ ਦੀ ਜੀਰੀ ਨਹੀਂ ਪੈਂਦੀ ਸੀ ਪੱਲਿਆਂ ਹਿਸਾਬ ਸਾਹ ਫਰਸ਼ ਦਾ ਗਿਆ ਪਿਆ ਸੀ ਉਹ ਤੂੰ ਮੇਰੀ ਤਾਂ ਤੇ 5 ਫੁੱਟ ਦੀ ਖੜਾ ਕੇ ਕਿਉਂ ਨਹੀਂ ਜਾਂਦਾ ਅਣਖ ਦਾ ਫੇਰ ਅਜੇ ਖੜਾ ਕੇ ਜਾਵੇਂ ਆ ਮਾਰਦਾ ਗੱਲਾਂ ਮੈਂ ਜਾਣਦਾ ਤੂੰ ਲੱਗੂ ਆਹੋ ਪਿੰਡ 'ਚ ਤੇਰੀ ਬਣਦੀ ਨਹੀਂ ਕਿਸੇ ਨਾਲ ਐ ਫਿਰੀ ਜਾਂਦਾ ਲੋਕਾਂ ਦੇ ਔਲੀ ਕੋਲੀ ਲੱਗਦਾ ਗੱਲਾਂ ਕੋਈ ਇਹ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਇੰਨੀ ਸਪੋਰਟ ਕਰਦੇ ਹੋ ਅਤੇ ਅਸੀਂ ਇੱਕ ਤੁਹਾਨੂੰ ਮੈਸੇਜ ਦੇਣਾ ਜ਼ਰੂਰੀ ਸੀਗਾ ਅਤੇ ਜ਼ਰੂਰੀ ਸਮਝਿਆ ਕਿਉਂਕਿ ਜਿਹੜੇ ਆਪਣੇ ਪਾਠ ਚੱਲ ਰਹੇ ਨੇ ਬੰਤ ਕਰਨੈਲ ਪ੍ਰੀਤੋ ਵਾਲੇ ਇਹ ਹਰ ਬੁੱਧਵਾਰ ਆਇਆ ਕਰਨਗੇ ਅਤੇ ਜਿਹੜੀ ਆਪਣੀ ਵੀਡੀਓ ਸ਼ਨੀਵਾਰ ਨੂੰ ਆਉਂਦੀ ਹੁੰਦੀ ਸੀਗੀ ਅਤੇ ਉਹ ਆਪਾਂ ਇੱਕ ਨਵੇਂ ਕਨਸੈਪਟ ਨਾਲ ਲੈ ਕੇ ਆਇਆ ਕਰਾਂਗੇ ਡਿਫਰੈਂਟ ਕਨਸੈਪਟ ਹੋਇਆ ਕਰੂ ਪਲੱਸ ਉਹਦੇ ਵਿੱਚ ਮੈਸੇਜ ਆਇਆ ਕਰੂਗਾ ਅਤੇ ਇਹ ਤਾਂ ਆਪਣੇ ਰੈਗੂਲਰ ਆਉਣਗੇ ਆਉਣਗੇ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਇੱਕ ਨਵਾਂ ਕਨਸੈਪਟ ਆਇਆ ਕਰੂਗਾ ਅਤੇ ਬਾਕੀ ਦੋ ਬੋਲ ਵੱਡਾ ਵੀਰ ਜੀ ਵਾਹ ਜੀ ਧੰਨਵਾਦ ਸਾਰਿਆਂ ਦਾ
ਫੇਸਬੁੱਕ ਪੇਜ ਹੈਗਾ ਉਹਨੂੰ ਵੀ ਸਾਰੇ ਜਾਣੇ ਜ਼ਰੂਰ ਫੋਲੋ ਕਰੋ, ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਜ਼ਰੂਰ ਜਾ ਕੇ ਫੋਲੋ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ, ਸਾਡੇ ਲਈ ਇੰਨਾ ਟਾਈਮ ਕੱਢਦੇ ਹੋ, ਬਹੁਤ ਬਹੁਤ ਧੰਨਵਾਦ। ਮੇਰੇ ਤੇ ਪ੍ਰੀਤੋ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਜੀ।